टुडे वी विल मीट ए ग्रेट पर्सनैलिटी सरदार दर्शन सिंह जी इज माई क्लासमेट एंड ए ग्रेट टीचर ऑफ स्पिरिचुअल एजुकेशन इन गुरुद्वारा साहिब एंड टुडे वी विल गेट द इंटरव्यू ऑफ दैट ग्रेट पर्सनैलिटी। ਸਤਿ ਸ਼੍ਰੀ ਅਕਾਲ ਸਰਦਾਰ ਦਰਸ਼ਨ ਸਿੰਘ ਜੀ, ਤੁਸੀਂ ਮੇਰੇ ਨਾਲ ਐਮ ਕੌਮ ਕੀਤੀ ਤਥਾ ਕਮਰਸ ਐਜੂਕੇਸ਼ਨ ਦੇ ਵਿੱਚ ਤੁਸੀਂ ਪੋਸਟ ਗ੍ਰੈਜੂਏਸ਼ਨ ਪ੍ਰਾਪਤ ਕੀਤੀ। ਉਸ ਤੋਂ ਬਾਅਦ ਇਸ ਫੀਲਡ ਨੂੰ ਛੱਡ ਕੇ ਤੁਸੀਂ ਇੱਕ ਸਪਿਰਿਚੁਅਲ ਐਜੂਕੇਸ਼ਨ ਦੇ ਫੀਲਡ 'ਚ ਆਏ ਤਥਾ ਲੋਕਾਂ ਨੂੰ ਚੰਗੀ ਰਾਹ ਦੱਸ ਰਹੇ ਹੋ। ਤੁਸੀਂ ਇਸ ਫੀਲਡ ਤੋਂ ਸਪਿਰਿਚੁਅਲ ਐਜੂਕੇਸ਼ਨ ਦੀ ਫੀਲਡ 'ਚ ਕਿਉਂ ਗਏ? ਕੁਛ ਚਾਨਣਾ ਪਾਓ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦਰਸ਼ਨ ਸਿੰਘ, ਇੱਕ ਪਿੰਡ ਦਾ ਰਹਿਣ ਵਾਲਾ, ਜਿਹੜਾ ਕਿ ਪਿੰਡ ਦੇ ਵਿੱਚੋਂ ਪਹਿਲਾਂ ਸਕੂਲ ਦੇ ਵਿੱਚ ਪੈਦਲ ਪੜ੍ਹਿਆ। ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਮੈਂ ਐਮ ਕੌਮ ਕੀਤੀ, ਆਪਣੇ ਮਾਤਾ ਪਿਤਾ ਦਾ ਸੁਪਨਾ ਸਾਕਾਰ ਕੀਤਾ। ਪਰ ਫਾਈਨੈਂਸ਼ੀਅਲ ਪ੍ਰੋਬਲਮ ਦੇ ਕਾਰਨ ਮੈਨੂੰ ਨੌਕਰੀ ਨਾ ਮਿਲ ਸਕੀ। ਮੈਂ ਬਹੁਤ ਸਟਰਗਲ ਕੀਤਾ, 10-12 ਸਾਲ ਮੈਂ ਇੰਟਰਵਿਊ ਦਿੰਦਾ ਰਿਹਾ, ਕਦੇ ਦਿੱਲੀ ਤੱਕ, ਮਦਰਾਸ ਤੱਕ ਵੀ ਮੈਂ ਰੇਲਵੇ ਦੀਆਂ ਇੰਟਰਵਿਊ ਦੇਣ ਵਾਸਤੇ ਗਿਆ, ਲਿਖਤੀ ਟੈਸਟ ਵੀ ਦਿੱਤੇ, ਪਰ ਹਰ ਥਾਂ 'ਤੇ ਕੋਈ ਨਾ ਕੋਈ ਸਿਫਾਰਿਸ਼ ਅਤੇ ਕੋਈ ਨਾ ਕੋਈ ਰਿਸ਼ਵਤ ਦਾ ਕਾਰਨ ਦੇ ਕਾਰਨ ਮੈਂ ਅੱਗੇ ਨੌਕਰੀ ਨਹੀਂ ਪ੍ਰਾਪਤ ਕਰ ਸਕਿਆ, ਜਿਸ ਦੇ ਕਾਰਨ ਮੇਰਾ ਮਨ ਬਹੁਤ ਜ਼ਿਆਦਾ ਉਦਾਸ ਹੋ ਗਿਆ। ਇਸ ਧਾਰਮਿਕ ਫੀਲਡ ਦੇ ਵਿੱਚ ਮੈਂ ਪਹਿਲਾਂ ਤੋਂ ਸੀ। 8ਵੀਂ ਕਲਾਸ ਪਾਸ ਕਰਨ ਤੋਂ ਬਾਅਦ ਮੈਂ ਇਸ ਫੀਲਡ ਦੇ ਵਿੱਚ ਮੇਰੇ ਚਾਚਾ ਜੀ ਦੀ ਕਿਰਪਾ ਦੇ ਦੁਆਰਾ ਚਲਿਆ ਗਿਆ। ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਪਾਠ ਸਿੱਖਿਆ ਅਤੇ ਨਾਲ ਦੀ ਨਾਲ ਮੈਂ ਅਖੰਡ ਪਾਠ ਦਾ ਕੰਮ ਕਰਦਾ ਰਿਹਾ ਅਤੇ ਨਾਲ ਦੀ ਨਾਲ ਪੜ੍ਹਦਾ ਵੀ ਰਿਹਾ। ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਮੇਰੇ ਮਨ ਦੇ ਵਿੱਚ ਸੀ ਕਿ ਮੈਂ ਇਸ ਫੀਲਡ ਦੇ ਵਿੱਚ ਹੀ ਰਹਿ ਕੇ ਲੋਕਾਂ ਦੀ ਸੇਵਾ ਕਰਾਂ, ਇਸ ਕੰਮ ਨੂੰ ਮੈਂ ਅਪਣਾਵਾਂ, ਕਮਰਸ਼ੀਅਲ ਖੇਤਰ ਨੂੰ ਅਪਣਾਵਾਂ। ਪਰ ਕੁਝ ਕਾਰਨਾਂ ਕਰਕੇ ਮੈਂ ਇਸ ਫੀਲਡ ਦੇ ਵਿੱਚ ਨਾ ਜਾ ਸਕਿਆ। ਉਹ ਕਾਰਨ ਸੀ, ਸਭ ਤੋਂ ਵੱਡਾ ਕਾਰਨ ਸੀ ਕਿ ਮੇਰਾ ਜਿਹੜਾ ਮਨ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਹੈ, ਮੈਂ ਉਸ ਦੇ ਨਾਲ ਜੁੜ ਕੇ ਰਹਿਣਾ ਚਾਹੁੰਦਾ ਹਾਂ। ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਨਾਲ ਅਤੇ ਉਸ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਬਹੁਤ ਪਿਆਰ ਹੈ। ਮੇਰਾ ਜੀ ਕਰਦਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਰਹਿ ਕੇ ਆਪਣਾ ਸਾਰਾ ਜੀਵਨ ਬਤੀਤ ਕਰ ਦੇਵਾਂ। ਇਸੇ ਕਾਰਨ ਹੀ ਮੈਂ ਇਸ ਫੀਲਡ ਨੂੰ ਤਿਆਰ ਕਰਕੇ ਧਾਰਮਿਕ ਜੋ ਗੁਰਮਤਿ ਦੀ ਫੀਲਡ ਹੈ, ਗੁਰਸਿੱਖੀ ਦੇ ਧਰਮ ਦੀ ਫੀਲਡ ਹੈ, ਉਸ ਦੇ ਵਿੱਚ ਮੈਂ ਰਹਿ ਕੇ ਆਪਣਾ ਕੰਮ ਕਰ ਰਿਹਾ ਹਾਂ। ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਗ੍ਰੰਥੀ ਦਾ ਕੰਮ ਕਰਦਾ ਹਾਂ, ਨਾਲ ਦੀ ਨਾਲ ਆਪਣਾ ਹੋਰ ਵੀ ਜੋ ਸਮਾਜਿਕ ਬੁਰਾਈਆਂ ਨੇ ਜਾਂ ਸਮਾਜਿਕ ਸੇਵਾ ਹੈ ਉਸ ਨੂੰ ਵੀ ਮੈਂ ਕਰਦਾ ਰਹਿੰਦਾ। ਬਹੁਤ ਬਹੁਤ ਖੁਸ਼ੀ ਹੋਈ ਤੁਸੀਂ ਆਪਣੇ ਜੀਵਨ ਬਾਰੇ ਦੱਸਿਆ। ਸਰਦਾਰ ਦਰਸ਼ਨ ਸਿੰਘ ਜੀ, ਹੁਣ ਇਹ ਦੱਸੋ ਕਿ ਅੱਜ ਜਦੋਂ 10 ਸਾਲ ਤੁਹਾਡਾ ਇਸ ਫੀਲਡ ਵਿੱਚ ਟੀਚਿੰਗ ਦਾ ਐਕਸਪੀਰੀਅੰਸ ਹੈ, ਲੋਕਾਂ ਨੂੰ ਬੁਰਾਈਆਂ ਤੋਂ ਛੁਡਾਉਣ ਦਾ, ਤਥਾ ਇੱਕ ਮਹਾਨ ਗ੍ਰੰਥ ਜੋ ਸਿਰਫ ਭਾਰਤ ਦਾ ਨਹੀਂ ਪੂਰੀ ਦੁਨੀਆ ਦਾ ਕਹਾਂਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਸਦਾ ਤੁਸੀਂ ਪ੍ਰਕਾਸ਼ ਲੋਕਾਂ ਤੱਕ ਪਹੁੰਚਾ ਰਹੇ ਹੋ, ਤੁਸੀਂ ਅੱਜ ਦੇ ਇਸ ਯੁੱਗ ਵਿੱਚ ਇਸ ਅਧਿਆਤਮਿਕ ਸ਼ਿਕਸ਼ਾ ਨੂੰ ਕੀ ਮਹੱਤਵ ਦਿੰਦੇ ਹੋ? ਇਸ ਸ਼ਿਕਸ਼ਾ ਦਾ ਬਹੁਤ ਮਹੱਤਵ ਹੈ ਵਿਨੋਦ ਕੁਮਾਰ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਿਉਣਾ ਸਿਖਾਉਂਦਾ ਹੈ, ਜੀਵਨ ਦੀ ਜਾਚ ਕਿਵੇਂ ਜਿਉਣਾ ਹੈ ਅਤੇ ਜੀਵਨ ਨੂੰ ਕਿਸ ਤਰ੍ਹਾਂ ਜਿਉਣਾ ਹੈ, ਕਿਸ ਕਰਕੇ ਜਿਉਣਾ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿ ਕਿਰਤ ਕਰੋ, ਉਸ ਕਿਰਤ ਨੂੰ ਜੋ ਕਮਾਇਆ ਹੈ ਉਸਨੂੰ ਵੰਡ ਕੇ ਛਕੋ
ਨਾਲ ਦੀ ਨਾਲ ਜਿਸ ਨੇ ਸਾਨੂੰ ਇਹ ਜੀਵਨ ਦਿੱਤਾ ਹੈ ਉਸ ਵਾਹਿਗੁਰੂ ਪਰਮੇਸ਼ਰ ਰਾਮ ਅੱਲਾ ਗੌਡ, ਉਹਨਾਂ ਨੂੰ ਯਾਦ ਰੱਖੋ। ਉਹਨਾਂ ਨੂੰ ਯਾਦ ਕਰਨਾ ਹੀ ਸਾਡਾ ਮੇਨ ਉਦੇਸ਼ ਹੈ, ਓਬਜੈਕਟ ਹੈ। ਇਸ ਸੰਸਾਰ ਦੇ ਵਿੱਚ ਆਉਣਾ ਹੀ ਸਾਡਾ ਉਸ ਵਾਹਿਗੁਰੂ ਪਰਮੇਸ਼ਰ ਰਾਮ ਅੱਲਾ ਗੌਡ ਦੇ ਨਾਮ ਨੂੰ ਜਪਣਾ ਹੈ। ਬਾਕੀ ਜਿਹੜੇ ਸੰਸਾਰ ਦੇ ਚਾਹੇ ਕਿੰਨੇ ਵੀ ਖੇਤਰ ਨੇ, ਕਮਰਸ਼ੀਅਲ ਹੈ ਚਾਹੇ ਟੈਕਨੋਲੋਜੀ ਹੈ, ਕੋਈ ਵੀ ਹੈ, ਉਹ ਇਸ ਸੰਸਾਰ ਦੀ ਪ੍ਰਗਤੀ ਵਾਸਤੇ ਹੈ। ਜਦਕਿ ਉਸ ਦੇ ਨਾਲ ਸਾਡਾ ਜੀਵਨ ਜੁੜਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਸਾਨੂੰ ਧਰਮ, ਰਾਜਨੀਤੀ ਅਤੇ ਵਿਗਿਆਨ ਇਹਨਾਂ ਨੂੰ ਨਾਲ ਦੀ ਨਾਲ ਚਲਾਉਣਾ ਦੱਸਿਆ ਹੈ। ਸਰਦਾਰ ਦਰਸ਼ਕ ਸਿੰਘ ਜੀ, ਤੁਸੀਂ ਅੱਜ ਸਾਡੇ ਵਿਦਿਆਰਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜਿਸ ਦਾ ਵੀ ਜਿਹੜਾ ਵੀ ਫੀਲਡ ਹੈ, ਜਿਸ ਦੇ ਵਿੱਚ ਉਸਦਾ ਮਨ ਹੈ, ਉਹੀ ਫੀਲਡ ਚੁਣੇ। ਜਿਸਨੇ ਕਮਰਸ ਚੁਣ ਲਿਆ ਹੈ, ਕਮਰਸ਼ੀਅਲ ਖੇਤਰ ਨੂੰ, ਉਸ ਦੇ ਵਿੱਚ ਚੰਗੀ ਤਰ੍ਹਾਂ ਪਰਿਪੱਕਤਾ ਪ੍ਰਾਪਤ ਕਰੇ ਅਤੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਕੇ ਆਪਣੇ ਜੀਵਨ ਦਾ ਉਦੇਸ਼ ਬਣਾ ਕੇ ਉਸ ਤੋਂ ਲਾਭ ਪ੍ਰਾਪਤ ਕਰੇ। ਬਹੁਤ ਬਹੁਤ ਧੰਨਵਾਦ ਦਰਸ਼ਨ ਸਿੰਘ ਜੀ, ਤੁਸੀਂ ਇਸ ਕਾਊਂਟਿੰਗ ਐਜੂਕੇਸ਼ਨ ਦੇ ਪਲੇਟਫਾਰਮ 'ਤੇ ਆਏ ਤਥਾ ਵਿਦਿਆਰਥੀਆਂ, ਤੁਸੀਂ ਅੱਜ ਇੱਕ ਮਹਾਨ ਵਿਅਕਤੀ ਤੋਂ ਇੱਕ ਮਹਾਨ ਐਜੂਕੇਸ਼ਨ ਪ੍ਰਾਪਤ ਕੀਤੀ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਆਪਣੇ ਜੀਵਨ ਵਿੱਚ ਇਹਨਾਂ ਦੇ ਮੈਸੇਜ ਨੂੰ ਫੋਲੋ ਕਰੋਗੇ। ਧੰਨਵਾਦ। ਥੈਂਕ ਯੂ। ਇੱਕ ਮਿੰਟ ਜੀ, ਮੈਂ ਆਪ ਨੂੰ ਟੋਕਣਾ ਚਾਹੁੰਦਾ ਹਾਂ ਕਿ ਮਹਾਨ ਕੌਣ ਹੁੰਦਾ ਹੈ? ਮਹਾਨ ਉਹ ਹੈ ਜਿਸਨੇ ਆਪਣੀ ਮੱਤ ਨੂੰ, ਆਪਣੇ ਮਨ ਨੂੰ ਉੱਚਾ ਕਰ ਲਿਆ ਹੈ। ਦੂਜਿਆਂ ਦਾ ਸਤਿਕਾਰ ਉਹੀ ਕਰ ਸਕਦਾ ਹੈ ਜਿਸ ਦੇ ਵਿੱਚ ਮਹਾਨਤਾ ਹੈ, ਗੁਣ ਹੈ। ਨਿਮਰਤਾ ਦਾ ਗੁਣ ਸਭ ਤੋਂ ਵੱਡਾ ਹੈ। ਮੈਂ ਕੋਈ ਮਹਾਨ ਨਹੀਂ ਹਾਂ, ਮੈਂ ਸੰਗਤਾਂ ਦੀ ਧੂੜ ਹਾਂ, ਚਰਨਾਂ ਦੀ, ਅਤੇ ਧੂੜ ਬਣ ਕੇ ਹੀ ਰਹਿਣਾ ਚਾਹੁੰਦਾ। ਇਹੀ ਮਤਲਬ ਮਹਾਨ ਵਿਅਕਤੀਆਂ ਦੇ ਗੁਣ ਹੁੰਦੇ ਹਨ, ਕੁਆਲਿਟੀ ਹੁੰਦੇ ਹਨ, ਤੁਸੀਂ ਖੁਦ ਹੀ ਸੁਣਿਆ। ਅਤੇ ਇਹ ਮਿੱਠੀ ਨੀਵੀ ਨਾਮਕ ਗੁਣ ਚੰਗਿਆਈਆਂ ਤੱਤ ਦਾ ਜੋ ਉਦੇਸ਼ ਹੈ ਗੁਰੂ ਨਾਨਕ ਦੇਵ ਜੀ ਦਾ, ਸਾਨੂੰ ਫੋਲੋ ਕਰਨਾ ਹੈ। ਬਹੁਤ ਬਹੁਤ ਧੰਨਵਾਦ।